ਸੀਗੇ। ਤੁਹਾਡੇ ਕਹਿਣ ਤੋਂ ਭਾਵ ਕਿ ਕਿਸੇ ਸਿੰਘ ਵੱਲੋਂ ਜਦੋਂ ਉਹਨਾਂ ਨੂੰ ਇਹ ਲੱਗਦਾ ਸੀ ਵੀ ਕਿਤੇ ਨਾ ਕਿਤੇ ਉਲਟਾ ਹੀ ਹੋਈ ਹੈ, ਉਹਨੂੰ ਕੁਰਬਾਨੀ ਦੇ ਸ਼ਬਦ ਰਾਹੀਂ ਇਸ਼ਾਰਾ ਕਰਕੇ ਸਮਝਾਉਂਦੇ, ਇਸ਼ਾਰਾ ਕਰਕੇ ਸਮਝਾਉਂਦੇ। ਸਿੱਧੇ ਤੌਰ 'ਤੇ ਉਹਨਾਂ ਨੇ ਕਦੇ ਕਿਸੇ ਨੂੰ ਨਹੀਂ ਕਿਹਾ ਹੋਣਾ ਬਈ ਤੁਸੀਂ ਇੱਦਾਂ ਕੀਤਾ ਆਹ ਕੀਤਾ ਨਾ। ਬੜੇ ਬੰਦਿਆਂ ਦੀ ਉਹਨਾਂ ਨੇ ਮਤਲਬ ਗੈਰੋ ਹੋਈ ਬੰਦ ਖਲਾਸੀ ਕਰਾਈ ਮਹਾਰਾਜ ਦੇ ਘਰ 'ਚ ਜਾਂ ਇੱਥੇ ਦੁਨੀਆਂ 'ਚ, ਪਰ ਆਪ ਮੂਹਰੇ ਨਹੀਂ ਪਤਾ ਮਾਤਰ ਧਮਾਤਰ ਨੂੰ ਮੂਹਰੇ ਕਰ ਦਿੰਦੇ ਸੀਗੇ ਅਤੇ ਕਰਦੇ ਸਾਰਾ ਕੁਝ ਪਿੱਛੇ ਆਪ ਸੀ। ਸੁਭਾਅ ਉਹਨਾਂ ਦਾ ਕਿਹੋ ਜਿਹਾ ਸੀ? ਹੱਸਣ ਖੇਡਣ ਵਾਲੇ, ਪਿਆਰ ਨਾਲ ਗੱਲ ਕਰਨ ਵਾਲੇ, ਗੁੱਸੇ ਚਾ ਕੇ ਗੱਲ ਕਰਨ ਵਾਲੇ, ਜਾਂ ਕਿਸ ਤਰੀਕੇ ਨਾਲ ਹੋਰ ਉਦਾਹਰਣਾਂ 'ਤੇ ਟੁੱਕਾਂ ਦੇ ਕੇ ਸਮਝਾਉਣ ਦਾ ਯਤਨ ਕਰਦੇ ਸੀ? ਮਤਲਬ ਗੁੱਸਾ ਨਹੀਂ ਉਹਨਾਂ 'ਚ ਕਦੇ ਮੈਂ ਦੇਖਿਆ ਸੀਗਾ, ਇੱਕ ਵਾਰ ਜੋਸ਼ ਮੈਂ ਜ਼ਰੂਰ ਦੇਖਿਆ। ਕੈਲਗਰੀ ਦੋ ਗੁਰਦੁਆਰਾ ਸਾਹਿਬ ਸੀਗੇ, ਇੱਕ ਬਾਰ ਬਾਰ ਸੀ, ਪਹਿਲਾਂ ਤਾਂ ਨਵਾਂ ਬਿਲਡਿੰਗ ਬਣੀ ਹੋਈ ਸੀ, ਇੱਕ ਜਿੱਥੇ ਅਸੀਂ ਜਾਂਦੇ ਸੀ ਉਹ ਪੁਰਾਣਾ ਚਰਚ ਲਿਆ ਹੋਇਆ ਸੀਗਾ। ਅਤੇ ਉੱਥੇ ਰਾਤ ਨੂੰ ਇੱਕ ਦਿਨ ਆ ਕੇ ਨਾ ਕੋਈ ਜਿਹੜਾ ਬਾਹਰਲਾ ਗੁਰਦੁਆਰਾ ਸੀ ਜਿਹੜਾ ਨਵੀਂ ਬਿਲਡਿੰਗ ਸੀ, ਕੋਈ ਆ ਕੇ ਕੋਈ ਨੁਕਸਾਨ ਕਰ ਗਏ ਅਤੇ ਸਾਰੇ ਉਦੋਂ ਰੌਲਾ ਪੈ ਗਿਆ ਵੀ ਦੇਖੋ ਜੀ ਗੋਰਿਆਂ ਨੇ ਕਰਤਾ, ਗੋਰਿਆਂ ਨੇ ਕਰਤਾ। ਤਾਂ ਦੂਏ ਦਿਨ ਸ਼ਾਮ ਨੂੰ ਕਹਿੰਦੇ ਵੀ ਅੱਜ ਆਪਾਂ ਨੇ ਕੀਰਤਨ ਤੋਂ ਬਾਅਦ ਉੱਥੇ ਪਹਿਰਾ ਦੇਣਾ ਹੈਗਾ ਆਪਣੇ ਬਾਹਰਲੇ ਗੁਰਦੁਆਰਾ ਸਾਹਿਬ, ਅਤੇ ਕਹਿੰਦੇ ਵੀ ਤੁਸੀਂ ਤਿਆਰੀ ਕਰ ਲਓ ਰੱਖ। ਅਤੇ ਅਸੀਂ ਬੈਠੇ ਗੱਡੀ 'ਚ, ਇੱਕ ਦੋ ਸਿੰਘ ਨਾਲ ਸਾਹਿਬ ਨਾਲ ਹੋ ਗਏ ਅਤੇ ਉੱਥੇ ਚਲੇ ਗਏ। ਉੱਥੇ ਮੈਂ 10 ਕੁ ਵਜੇ ਹੋਣਗੇ ਜਦ ਉਹ ਭਾਈ ਫੇਰ ਆ ਗਏ ਰਾਤ ਨੂੰ, ਅਤੇ ਉਹ ਆਏ ਅਤੇ ਉਹਨਾਂ ਨੇ ਆ ਕੇ ਆਪਦਾ ਰੋਲੇ ਰਾਲੇ ਮਾਰੇ ਅਤੇ ਜਦ ਨੂੰ ਫਿਰ ਪੁਲਿਸ ਨੂੰ ਕਾਲ ਕਰਤੀ। ਮਤਲਬ ਉੱਥੇ ਉਹ ਫੜੇ ਫੜੇ ਗਏ ਵਿਚਾਰਿਆਂ ਨੂੰ, ਰਾਤ ਮੁੜ ਕੇ ਲੱਭਿਆ ਨਹੀਂ ਉੱਥੋਂ ਬਾਹਰ ਜਾਣ। ਭਾਈ ਸਾਹਿਬ ਇੱਦਾਂ ਦੀ ਫੀਲਿੰਗ ਆਈ ਉਦੋਂ ਵੀ ਭਾਈ ਸਾਹਿਬ ਨੂੰ ਪਤਾ ਸੀਗਾ ਵੀ ਉਹਨਾਂ ਨੇ ਫਿਰ ਆਉਣਾ ਵੀ ਦੁਬਾਰੇ, ਵੀ ਨਹੀਂ ਫਿਰ ਇੱਕੋ ਗੁਰਦੁਆਰਾ ਸੀਗਾ ਬਾਹਰ ਬਾਹਰ, ਉੱਥੇ ਔਖਾ ਬੜਾ ਸੀ, ਇਕੱਲਾ ਤਾਂ ਇਕੱਲਾ ਸਿੰਘ ਜਾਂਦਾ ਨਹੀਂ ਸੀਗਾ। ਉਹਨਾਂ ਦੇ ਸਰੀਰ ਛੱਡਣ ਉਪਰੰਤ, ਉਸ ਤੋਂ ਸਰੀਰ ਛੱਡਣ ਤੋਂ ਪਹਿਲਾਂ ਮੈਨੂੰ ਚੇਤੇ ਹੈ ਕਿ ਜਦੋਂ ਸ਼ਾਇਦ ਉਹਨਾਂ ਦਾ ਆਖਰੀ ਫੇਜ਼ ਸੀ ਇੱਥੇ ਸਰੀਰ ਦੀ ਬਿਰਤ ਸਰੀਰ ਸੀ, ਉੱਠਣਾ ਵੀ ਉਹਨਾਂ ਲਈ ਔਖਾ ਸੀ, ਪਰ ਕੀਰਤਨ ਉਦੋਂ ਕਰ ਰਹੇ ਸੀ, ਤੁਹਾਨੂੰ ਕੀ ਲੱਗਦਾ ਸੀ ਆਤਮਿਕ ਤੌਰ 'ਤੇ ਕਾਫ਼ੀ ਬਲਵਾਨ ਸਨ? ਉਹ ਤਾਂ ਮੈਂ ਜਦੋਂ ਗਿਆ ਹੁਣ ਆਖਰੀ ਇੱਕ ਸਾਲ ਪਹਿਲਾਂ ਗਿਆ ਸੀ ਉਹਨਾਂ ਦੀ ਚੜ੍ਹਾਈ ਕਰਨ ਤੋਂ, ਉਦੋਂ ਬਹੁਤ ਦਿਨ ਸੀਗੇ ਅੰਮ੍ਰਿਤਸਰ ਦੇ ਵਿੱਚ ਰਹਿੰਦੇ ਸੀਗੇ, ਪਰ ਮੈਨੂੰ ਤਾਂ ਉਦੋਂ ਵੀ ਬਲਵਾਨ ਹੀ ਲੱਗਦੇ ਸੀਗੇ ਵੀ ਉਹਨਾਂ ਨੂੰ ਕੋਈ ਹੈ ਨਹੀਂ ਗੀ ਦੁੱਖ ਤਕਲੀਫ ਨਹੀਂ ਕੋਈ। ਕਿਹੜੇ ਸੰਦ ਦੇ ਵਿੱਚ ਉਹਨਾਂ ਨੇ ਸਰੀਰ ਛੱਡਿਆ? ਹੁਣ ਮੇਰੇ ਯਾਦ ਨਹੀਂ, ਮੇਰਾ 2 ਸਾਲ ਹੋ ਗਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।